ਰੋਟੀ ਆ ਗਈ ਜੀ ਮੇਰੀ, ਪਰ ਬੰਦਾ ਬਾਹਰ ਨਹੀਂ ਆ ਰਿਹਾ ਗੱਡੀ 'ਚੋਂ। ਲੈ 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 ਗੱਡੀ ਬੰਦ ਕਰ ਲੈ, ਗੱਡੀ ਤੁਰੀ ਜਾਂਦੀ ਆ। ਲਓ ਜੀ ਚਲ ਆ ਜਾ। ਵੱਡਾ ਸਮਾਨ ਆ ਗਿਆ, ਰੋਟੀਆਂ ਦਾਣਾ ਪਾਣੀ ਤੇ ਪੰਪਕਿਨ ਸੂਪ ਵੀ ਆਇਆ ਮੇਰੀ ਸਪੈਸ਼ਲ ਡਿਮਾਂਡ ਤੇ। ਅਸੀਂ ਕਿਹਾ ਤੁਸੀਂ ਕੰਮ ਜ਼ਿਆਦਾ ਕਰਦੇ ਆ, ਕੰਮ ਬਾਲਾ ਕਰਦੇ ਆ, ਹੁਣ ਇਹਨੂੰ ਗਰਮ ਕਰਕੇ ਖਾਵਾਂਗੇ। ਕੀ ਬਾਈ ਜ਼ਿੰਦਗੀ ਦਾ ਤੱਥ ਦੱਸ ਕੋਈ ਬਾਈ ਵਧੀਆ ਜਿਹਾ। ਜ਼ਿੰਦਗੀ ਦਾ ਤੱਥ ਇਹ ਹੈ ਬਸ, ਕੀ ਕੀ ਕਰਨਾ ਚਾਹੀਦਾ ਬੰਦੇ ਨੂੰ ਜ਼ਿੰਦਗੀ 'ਚ? ਵਿਆਹ ਨਹੀਂ ਕਰਾਉਣਾ ਚਾਹੀਦਾ। ਵਿਆਹ ਨਹੀਂ ਕਰਾਉਣਾ ਚਾਹੀਦਾ? ਨਹੀਂ ਵਿਆਹ ਕਰਾਓ, ਪਰ ਜਿਹੜੀ ਸੁਰਖੀ ਬਿੰਦੀ ਨਹੀਂ ਲਾਉਂਦੀ ਉਹਦੇ ਨਾਲ ਕਰਾਓ। ਅੱਛਾ ਇਹ ਬਾਈ ਜ਼ਿੰਦਗੀ ਦੇ ਬਹੁਤ ਹੱਥ ਵਧੀਆ ਵਧੀਆ ਦੱਸਦਾ ਵੀਰ ਤੋਂ, ਜਾਨੀ ਕਿ ਅਸੀਂ ਪੁਰਾਣੇ ਜ਼ਮਾਨੇ 'ਚ ਨਾ ਬੰਦੇ ਸੇਬ ਨਹੀਂ ਕਰਾਉਂਦੇ ਸੀ। ਆਹ ਬੈਠਾ ਪੁਰਾਣੇ ਜ਼ਮਾਨੇ ਦਾ ਬੰਦਾ, ਇਹਨਾਂ ਨੂੰ ਪੁੱਛ ਲੈਂਦੇ ਆਪਾਂ, ਸੇਬ ਨਹੀਂ ਕਰਾਉਂਦੇ ਸੀ ਤੇ ਅੱਜ ਕੱਲ੍ਹ ਬੁੜੀਆਂ ਸੇਬ ਕਰਾਉਂਦੇ ਨੇ। ਹਾਂ ਆਹ ਗੱਲ ਬਾਈ ਬਿਲਕੁਲ ਸਹੀ ਕਹੀ ਹੈ ਤੂੰ, ਤੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਜਾਨੀ 'ਚ ਬੰਦੇ ਨਹੀਂ ਸੀ ਕਰਾਉਂਦੇ, ਪੁਰਾਣੇ ਜ਼ਮਾਨੇ 'ਚ ਬੁੜੀਆਂ ਕਰਾਉਂਦੀਆਂ। ਉਹ ਨਹੀਂ ਵਾਕਈ ਸੱਚੀ ਬਾਈ, ਨਾਈਆਂ ਦੇ ਬਹਿੰਦੀਆਂ ਬੁੜੀਆਂ ਸੇਬ ਕਰਾਉਣ। ਹੈ ਅੰਕਲ ਜੀ ਇਹ ਜ਼ਮਾਨਾ ਆ ਗਿਆ ਨਹੀਂ? ਅੰਕਲ ਦੱਸੋ ਨਾ ਪੁਰਾਣੇ ਜ਼ਮਾਨੇ 'ਚ ਇੱਦਾਂ ਹੁੰਦਾ ਸੀ ਕਿ ਨਹੀਂ? ਅੰਕਲ ਦਾ ਜ਼ਮਾਨਾ ਪੁਰਾਣਾ। ਪੁਰਾਣੇ ਜ਼ਮਾਨੇ ਤਾਂ ਬੁੜੀਆਂ ਘੁੰਡ ਬਹੁਤ ਕੱਢਦੀਆਂ ਸੀ। ਹਾਂ ਮੁੰਡਾ ਵੀ ਥੋੜਾ ਨੀਵੀਂ ਜੀ ਪਾ ਕੇ ਹੀ ਰੱਖਦਾ ਹਮੇਸ਼ਾ, ਘੁੰਡ ਹੀ ਕੱਢਦੀਆਂ ਹੱਬ ਜਾਂਦੀਆਂ ਵਿਚਾਰੀਆਂ। ਅੱਛਾ ਕਿਹੜੀ ਹੁਣ ਬੋਰ ਗਏ ਆਪਣੇ ਬੋਰ ਗਏ ਬੋਰੀਆਂ ਦੇ ਬੁੜੀਆਂ ਝੋਨਾ ਲਾਉਂਦੀਆਂ, ਝੋਨੇ 'ਚ ਤੁਰਦੀਆਂ ਮਿਹਨਤ ਕਰਨੀ। ਬਿਮਾਰੀਆਂ ਵੀ ਇੱਥੋਂ ਹੀ ਲੱਗੀਆਂ ਬਾਈ ਬੁੜੀਆਂ ਨੂੰ, ਜਿੱਦਾਂ ਅੱਗੇ ਬੁੜੀਆਂ ਕੰਮ ਬਹੁਤ ਕਰਦੀਆਂ ਸੀ ਤੇ ਹੁਣ ਕੰਮ ਨਹੀਂ ਕਰਦੀਆਂ ਬਾਈ, ਹੁਣ ਬਿਮਾਰੀਆਂ ਲੱਗ ਗਈਆਂ। ਕੰਮ ਕਰਦੀਆਂ ਬਾਈ, ਮੈਂ ਨਹੀਂ ਕਹਿੰਦਾ ਕੰਮ ਕਰਦੀਆਂ। ਬੁੜੇ ਹੋਗੇ ਕਰ ਲੂਗੇ, ਹਲੇ ਅਸੀਂ ਕੁੜੀਆਂ ਆ। ਉਹ ਕੁੜੀਆਂ ਨੂੰ ਬੁੜੀਆਂ ਕਹਿੰਦਾ ਇਹ, ਕੁੜੀਆਂ ਦੀ ਗੱਲ ਕਰਦੇ ਆ, ਬੁੜੀਆਂ ਹੋਗੀਆਂ ਅਸੀਂ ਵੀ ਕਰ ਲੂਗੇ ਨਾ ਜੀ। ਦੱਸ ਬਾਈ ਬਾਈ ਮੇਰੀ ਗੱਲ ਸੁਣ, ਕੰਮ ਕਰਦੀਆਂ ਇਹ, ਕੰਮ ਕਰਕੇ ਆਪਾਂ ਦਾ ਇਹਨਾਂ ਦੇ ਸਿਹਤ ਪੱਖੋਂ ਕਹਿੰਦੇ ਵੀ ਚੰਗੀ ਚੀਜ਼ ਜਿਹੜਾ ਆਪਣੇ ਹੈਗਾ ਚੀਜ਼ਾਂ ਨੂੰ ਵਰਤਣ, ਉਹੀ ਕਰਨ, ਸੁਰੱਖਿਆ ਬਿੰਦੀਆਂ ਨਾ ਖਾਣ, ਲਾਉਣੀ ਦੇ ਹਿਸਾਬ ਨਾਲ ਲਾ ਲੈਣ, ਜਿਹੜੀ ਮਾੜੀ ਜੀ ਲਾ ਲੈਣ, ਕਿ ਉਹ ਦੂਰੋਂ ਦਿਸੇ ਜਿਹੜੀ ਹਨੇਰੇ 'ਚ ਵਿੱਚ ਵੀ ਲਾਲ 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 ਉਹ ਲਾਉਣੀ ਆ। ਹਾਂ ਇਹ ਤਾਂ ਗੱਲ ਠੀਕ ਹੈ ਨਾ, ਝੋਲਾ ਜਿਹਾ ਭਰਿਆ ਪਿਆ ਹੈਂਡ ਬੈਗ ਆ, ਨੌ ਪਾਲਸਾਂ ਜਿਨ੍ਹਾਂ ਤੇ ਹੋਰ ਹੈ ਨਾ, ਚੱਕ ਕੇ ਸਾਰੀਆਂ ਬਾਹਰ ਮਾਰੀਆਂ। ਮੈਂ ਬਹੁਤ ਚੰਗਾ ਕੀਤਾ, ਇਹਦੇ ਵਰਗਾ ਹੋਣਾ, ਉਹ ਇਹਦੇ ਵਰਗਾ ਹੋਣਾ ਕੋਈ ਪੱਕਾ ਮੇਰੇ ਵਾਲ ਕਿੱਡੇ ਆ, ਮੈਂ ਤਾਂ ਸਾਲ ਦੇ ਵਿੱਚ ਇੱਕ ਅੱਧੀ ਵਾਰ। ਤੁਸੀਂ ਇਸ ਵਾਰੀ ਬਚਾ ਰਹੇ ਹੋ ਪੈਸੇ, ਤਾਂ ਹੁਣ ਪੈਸੇ ਨਹੀਂ ਨਿਕਲ ਰਹੇਗੀ,
ਇਹਦਾ ਤਾਂ ਕੋਈ ਨੁਕਸਾਨ ਤਾਂ ਨੀ ਕਿਤਾ ਹੁੰਦਾ, ਸਾਡਾ ਕੀ ਨੁਕਸਾਨ? ਅੰਦਰ ਜਾਂਦੀ ਚੀਜ਼ ਚਮੜੀ ਵਜਦਾ ਰੋਗ ਫੈਲਦਾ, ਚਮੜੀ ਚ ਕਰੀਮਾਂ ਲਾਉਣੇ, ਰੋਮਾ ਰੋਮਾ ਥਣੀ ਅੰਦਰ ਜਾਂਦੀ, ਆਹ ਗੱਲ ਕੀਤੀ ਆ, ਹੁਣ ਇਹਦਾ ਜਵਾਬ ਦਿਓ। ਆਟੇ ਗੁੰਨਣ ਵਾਲੀ ਮਸ਼ੀਨ ਵੀ ਜਨਾਨੀ ਨੇ ਬਣਾਈ ਹੋ ਪੱਕਾ ਬਈ, ਇਹ ਗੱਲ ਪੱਕੀ ਆ, ਇਹਨਾਂ ਕਲੇਸਾਂ ਤੋਂ ਉਹਨਾਂ ਨੇ ਬਣਵਾਈ। ਕੈਨੇਡਾ ਦੇ ਵਿੱਚ ਨਾ, ਕੈਨੇਡਾ ਚ ਜਿਹੜੀ ਦਾੜੀ ਆ ਮਰ ਰੱਖੀ ਹੁੰਦੀ ਲੋਕਾਂ ਦੀ ਹਨਾ, ਛੱਡੀ ਹੁੰਦੀ ਐ, ਉਹਨੂੰ ਫੈਕਟਰੀ ਦਾ ਵਾਰਨ ਨਹੀਂ ਦਿੰਦੇ ਗੇ। ਅੱਛਾ, ਤੇ ਜਿਹੜਾ ਉਹ ਕਰਦੇ ਸੀਗੇ ਆਪਣਾ ਟੈਕਸੀ ਦਾ, ਉਹਨਾਂ ਨੂੰ ਵੀ ਕਹਿੰਦੇ ਦਾੜੀ ਨਹੀਂ ਵਧੀ ਤੇਰੀ। ਉੱਥੇ ਫੂਡ ਵਿੱਚ ਵੀ ਨਹੀਂ ਕੰਮ ਕਰਦੇ, ਮੈਕਡੋਨਲਡ ਬਰਗਰ ਕਿੰਗ ਹੋ ਗਿਆ, ਉੱਥੇ ਕਹਿੰਦੇ ਸ਼ੇਵ ਕਰਾ ਕੇ ਉਹ ਜੇ ਕੰਮ ਕਰਨਾ, ਪਤਾ ਨਹੀਂ ਕੀ ਆ ਹੁਣ ਤਾਂ ਕਰਾਈ ਆ, ਪਰ ਗਲਤ ਵੀ ਆ। ਯਾਨੀ ਕਿ ਹੁਣ ਕਈ ਦਾ ਧਰਮ ਹੁੰਦਾ ਅੰਕਲ ਜੀ, ਫੇਰ ਤਾਂ ਔਖਾ ਜੇ ਕਈ ਨਹੀਂ ਕੱਟਦੇ। ਉਹਨਾਂ ਦੇ ਕੁਝ ਗਲਤ ਨਹੀਂ, ਇੱਕ ਵਾਲ ਵੀ ਡਿੱਗ ਪਿਆ ਨਾ ਸਾਡੇ ਹੋਟਲਾਂ ਦਾ ਬਾਡੀ। ਮੈਂ ਤੁਹਾਨੂੰ ਗੱਲ ਕੀ ਇਹ ਗਾ, ਤੁਸੀਂ ਆਪਦੇ ਦਿਮਾਗ ਨਾਲ ਸੋਚ ਕੇ ਦੇਖੋ ਵੀ ਇਹ ਆਪਣਾ ਇੱਥੇ ਜ਼ਿੰਦਗੀ ਜਿਉਣਾ ਹੈ, ਤੇ ਇਹ ਚੀਜ਼ ਵਰਤੋ ਜਿਹੜੀ ਵਧੀਆ ਚੀਜ਼ ਆ, ਨੁਕਸਾਨ ਨਹੀਂ ਕਰਦੇ ਹੋ, ਖਾਓ ਪੀਓ ਬਾਈ ਰੱਜ ਕੇ। $500 ਦੇ ਮੈਂ ਸ਼ਾਪਿੰਗ ਕਰਕੇ ਆਵਾਂ ਲਿਪਸਟਿਕਾਂ ਦੀ, ਫਿਰ ਮੈਂ ਬਹਿ ਕੇ ਸੋਚੂ ਵੀ ਹੁਣ ਮੈਂ ਕਿਉਂ ਕਿ ਸਹੀ ਕੀਤਾ, ਮੈਨੂੰ ਦਿੱਤਾ ਤੂੰ $1 ਨਹੀਂ ਕਦੇ। ਹੈ ਆਹ ਗੱਲ ਹੈ ਬਾਈ, ਗੱਲਾਂ ਨੂੰ ਐਡਿਟ ਕਰਦਾ, ਰੁਪਈਆ ਤੂੰ ਇੱਕੜੇ ਦਿੱਤਾ, ਪੈਸੇ ਜੁੜੀ ਜਾਂਦਾ, ਮੇਰੀ ਚਾਹ ਮੁੱਕ ਗਈ ਆ, ਪੈਸੇ ਜੋੜੀ ਜਾਂਦਾ। ਇਹ ਨਹੀਂ ਤਾਂ ਉਹ ਗੱਲ ਹੈ, ਇੱਕ ਵਾਰੀ ਭਾਈ ਹੁੰਦਾ ਇੱਕ, ਉਹਦੇ ਦੂਜੇ ਦੋਸਤ ਨੂੰ ਕਹਿੰਦਾ ਯਾਰ ਮੇਰੀ ਘਰ ਵਾਲੀ ਬੜਾ ਤੰਗ ਕਰਦੀ ਆ। ਅੱਛਾ ਜੀ। ਕਹਿੰਦਾ ਕਿਉਂ? ਕਹਿੰਦਾ ਕਦੇ ਕਹੂਗੀ ਮੈਨੂੰ 2500 ਦੇ ਦੇ, ਕਦੀ ਕਹੂਗਾ 5000 ਦੇ ਦੇ, ਕਦੀ ਕਹਿੰਦੀ 1500 ਦੇ ਦੇ। ਕਹਿੰਦਾ ਮੈਂ ਬੜਾ ਤੰਗ ਆ। ਉਹ ਕਹਿੰਦਾ ਬਈ ਇੰਨੇ ਪੈਸੇ ਦਾ ਕਰਦੀ ਕੀ ਆ? ਮੇਕਅਪ ਦਾ ਟਰੱਕ ਉਹ ਸੀਗੇ ਨਿੱਕੇ ਸ਼ਿਕੂ ਜੇ ਦੇਤੇ, ਗੱਡੀ ਆਈ ਸੀ, ਗੱਡੀ ਉਹ ਬੈਠੇ ਡੇਢੇ ਸਾਹ ਤਾਂ, ਗੱਡੀ ਚਾਬੀ ਨਹੀਂ ਲੱਭੀ, ਕਿੱਥੇ ਆ ਚਾਬੀ ਨਹੀਂ ਲੱਭੀ, ਚਾਬੀ ਆਪਾਂ ਬਾਈ ਤਾਂ ਲਵਾ ਲਾਂਗੇ ਇਸੇ ਦੇ। ਗੱਡੀ ਸੀਟਾਂ ਹੈ ਨਹੀਂ, ਮੇਰਾ ਫੁੱਫੜ ਲਾ ਕੇ ਆਇਆ ਸੀ ਆਪਦੀ, ਉਹਦਾ ਲੱਕੜੀ ਦੀ ਦੁਕਾਨ ਸੀ ਫਰਨੀਚਰ ਦਾ ਹੀ ਘਰ ਭਰਤਾ। ਅੱਛਾ, ਤੇਰੇ ਤਾਂ ਬਾਈ ਨਜ਼ਾਰੇ ਆ ਫਿਰ। ਗੱਡੀ ਦਿੱਤੀ, ਗੱਡੀ ਇੱਕ ਪੂਰੀ ਵੱਡੀ ਆ। ਇਹ ਕਹਿੰਦਾ ਸੀ ਮੋਟਰਸਾਈਕਲ ਲੈਣਾ, ਬੁਲਟ ਮੰਗਦਾ ਸੀ। ਅੱਛਾ, ਉਹ ਕਹਿੰਦੇ ਨਹੀਂ ਵੀ ਬੁਲਟ ਤੇ ਤੂੰ ਹੀ ਇਕੱਲਾ ਜਾਏਂਗਾ, ਫਿਰ ਸਾਡੀ ਕੁੜੀ ਕੀ ਕਰੂਗੀ, ਨਾਲ ਜੇ ਗਿਰ ਕੇ ਸੱਟ ਫੇਟ ਲੱਗੂ ਤਾਂ ਗੱਡੀ ਉਹ ਦੇ ਦਿੱਤੀ। ਉਹਨਾਂ ਨੇ ਗੱਡੀ ਕਹਿੰਦੇ ਇਹ ਬੁਲਟ ਤੇ ਬੈਠਾ ਵੀ ਨਹੀਂ ਤੂੰ ਸੋਹਣਾ ਲੱਗਣਾ ਨਾ, ਹੁਣ ਤੇਰੀ ਪੈਂਟ ਖੜਦੀ ਲੱਕ ਤੇ ਦੇਖ ਲਓ, ਹਰ ਤੋਂ ਉਹਨੇ ਕਰ ਲਾਂਗੇ।
ਬਾਈਕ ਦਾ ਜ਼ਿੰਦਗੀ ਦਾ ਕੋਈ ਮਕਸਦ ਹੈ? ਮੈਂ ਜਿਵੇਂ ਇਹਨਾਂ ਨੇ ਕਹਿਣਾ ਇਹ ਬਾਲ ਪੱਕੀ 100% ਸਹੀ ਆ। ਮੈਂ ਜਦ ਬਾਈ ਚੱਬਦਾ ਸਵੇਰੇ ਉੱਠੋ ਸਾਰ ਭਿਓ ਕੇ 25 ਬਦਾਮ ਖਾਣਾ ਹਰ ਰੋਜ਼, ਤਾਂ ਹੀ ਇੰਨਾ ਦਿਮਾਗ ਖਾਂਦਾ। 25 ਬਦਾਮ ਖਾ ਕੇ 25 ਬੰਦੇ ਦਾ ਦਿਮਾਗ ਖਾਂਦਾ ਹੈ। ਮੈਂ ਤਾਂ ਕਦੇ ਵੇਖੇ ਨੀ ਬਦਾਮ ਖਾਦੇ। ਲੈ ਵੀ ਖਾ ਜਾਂਦਾ ਨਾ, ਤੁਹਾਨੂੰ ਦਿੰਦਾ ਹੀ ਨੀ ਕਿਸੇ ਹੋਰ ਨੂੰ, ਦਿੰਦਾ ਹੀ ਨੀ ਨਹੀਂ। ਪਰ ਗੱਲ ਹੋਰ ਗੱਲਾਂ ਦੀ ਗੱਲਾਂ ਬਈ, ਜ਼ਿੰਦਗੀ ਦੇ ਤੱਥ ਇਹੀ ਨੇ ਵੀ ਵਧੀਆ ਤਰੀਕੇ ਨਾਲ ਬੰਦੇ ਨੂੰ ਰਹਿਣਾ ਚਾਹੀਦਾ, ਖਰਚੇ ਘੱਟ ਕਰਾਉਣੇ ਚਾਹੀਦੇ ਬੰਦੇ ਨੂੰ। ਜ਼ਿੰਦਗੀ ਵਿੱਚ ਕੰਮ ਕਰੋ ਖੁਸ਼ ਹੋ ਕੇ, ਠੀਕ ਆ, ਪੈਸਾ ਲਾਓ ਜਿਹੜੀ ਚੀਜ਼ ਤੇ ਲੋੜ ਆ, ਪਰ ਜੇ ਵੇਖ ਕੇ ਲਾਓ, ਜੇ 100 ਕਮਾਉਣੇ ਤਾਂ 8 ਖਾਓ 40 ਰੱਖੋ, ਭਾਵੇਂ 70 ਖਾਜੋ, ਠੀਕ ਆ, ਤੇ ਪਰ ਮਨ ਚ ਨਾ ਰੱਖੋ ਸਾਡਾ ਪਤਾ ਨੀ ਕਦੋਂ ਲੱਤਾਂ ਤਾਂ ਹੋ ਜਾਣ। ਆਪਣੇ ਪਿਓ ਨੇ ਆਪਣੇ ਜੋੜਤਿਆ, ਕੰਮ ਕੀਤਾ, ਜੋੜਿਆ। ਮੈਨੂੰ ਆ ਗੱਲ ਚੇਤੇ ਆ ਗਈ, ਇੱਥੇ ਬਹਿ ਕੇ ਦੱਸੋ, ਮੈਂ ਸਾਡੀ ਸਾਈਕਲ ਨਹੀਂ ਆਉਂਦੀ, ਮੈਂ ਜਾਣ ਲੱਗਣ ਦੱਸਣੀ ਆ। ਅੱਛਾ ਦੱਸੋ। ਤੇ ਉਹ ਡੇਰੇ ਸੀ ਆਪਣੇ ਜਾਖਲ, ਅੱਛਾ, ਉੱਥੇ ਗਏ ਬਰਾਤ, ਉਹ ਕਿਤੇ ਵਿਆਹ ਇੱਥੇ ਕਰਨਾ ਹੈ, ਤੇ ਉਹ ਚੂੜ ਚੱਕ ਵਾਲੇ ਸੀ ਆਪਣੇ, ਤੇ ਜਦੋਂ ਮੁੜ ਕੇ ਉੱਥੇ ਰੋਟੀ ਰਾਟੀ ਖਾਧੀ ਹੈ, ਉਹ ਆਂਦਾ ਮੈਂ ਬਰਾਤਾਂ ਬਹੁਤ ਵੇਖੀਆਂ, ਕਹਿੰਦਾ ਉਹ ਮਾਮੇ ਦਾ ਮੁੰਡਾ, ਕਹਿੰਦਾ ਪਰ ਆਂਦਾ ਭਾਂਡੇ ਧੋਣ ਵਾਲੇ ਨਹੀਂ ਵੇਖੇ, ਆਂਦਾ ਭਾਂਡੇ ਧੋਣ ਦੀ ਬਰਾਤ ਆਂਦਾ, ਆਂਦਾ ਬਰਾਤ ਆਪਦੇ ਭਾਂਡੇ ਆਪ ਹੀ ਧੋਵੇ, ਇਹ ਨਹੀਂ ਕਰੇ ਵੇਖਿਆ। ਇਹ ਨਵਾਂ ਟ੍ਰੈਂਡ ਸਹੀ ਹੈ, ਉਹ ਕਹਿੰਦਾ ਭਾਂਡੇ ਧੋ ਕੇ ਲੈ ਗਿਆ। ਮੈਂ ਤਾਂ ਜਿੰਨਾ ਪਰਮਾਤਮਾ ਨੂੰ ਕਹਿੰਦਾ ਵੀ ਜਿੰਨੇ ਮੈਨੂੰ ਅੱਜ ਮਿਲ ਗਿਆ, ਚੰਗੀ ਤਰ੍ਹਾਂ ਜੋੜ ਕੇ ਦੱਸ, ਜਿੰਨਾ ਮੈਨੂੰ ਅੱਜ ਮਿਲ ਗਿਆ ਮੈਂ ਤਾਂ ਇੰਨਾ ਕਦੇ ਜੋ ਸੋਚਿਆ ਨੀ ਜ਼ਿੰਦਗੀ ਦੇ ਵਿੱਚ ਮੈਨੂੰ ਮਿਲ ਜੂਗਾ। ਬਾਕੀ ਗੱਲ ਸਾਰੀ ਖਤਮ, ਥੋੜੇ ਪੈਸੇ ਦੇ ਆਧਾਰ, ਇੰਨਾ ਬਥੇਰਾ ਕੰਮ ਕਰੀ ਜਾਂਦੇ ਵਧੀਆ, ਦਿੱਤਾ ਕਹਿ ਕੰਮ ਕਰੀ ਜਾਂਦੇ ਬਾਈ, ਰੋਟੀ ਵਧੀਆ ਖਾਈ ਜਾਂਦੇ, ਹੋਰ ਕੀ ਚਾਹੀਦਾ ਸਾਨੂੰ? ਸਹੀ ਗੱਲ ਹੈ, ਬਸ ਖਾਤੇ 4 ਪੈਸੇ ਬਾਈ ਰੱਬ ਨੇ ਦਿੱਤੇ, ਪਰਮਾਤਮਾ ਤੰਦਰੁਸਤੀ ਬਖਸ਼ੇ ਬਾਈ, ਆਪਾਂ ਕੀ ਲੈਣਾ ਹੋਰ ਬਾਈ। ਬਸ ਮੇਨ ਗੱਲ ਇਹ ਅੱਜ ਜ਼ਿੰਦਗੀ ਦੇ ਹਾਸੇ ਖੇਡੇ ਤਾਂ ਆਪਾਂ ਕਰੀ ਜਾਂਦੇ, ਕਿਸੇ ਨੇ ਬਾਈ 10 ਕਰ ਬਣਾ ਲੈ ਮਾੜਾ, ਮੈਂ 1 ਬਣਾ ਲਾਂ ਮਾੜਾ ਬਣਾ ਲਾਂ, ਮੈਂ ਖੁਸ਼, ਬਸ ਬਸ ਬੰਦੇ ਨੂੰ ਖੁਸ਼ੀ ਚਾਹੀਦੀ ਹੈ। ਬਿਲਕੁਲ ਸਹੀ ਗੱਲ, ਉਹ ਬਸ ਕਰੋ ਚੱਲੀਏ, ਨਹੀਂ ਹੁਣ ਅਸੀਂ ਸੀਰੀਅਸ ਹੋ ਗਏ ਥੋੜਾ ਜਿਹਾ, ਐਵੇਂ ਦੋਹੇ ਜਣੇ ਲੱਗੇ ਪਏ ਨੇ। ਆਹ ਚੀਜ਼ ਹੈ ਬਾਈ, ਆਪਣੇ ਪਾਪਾਂ ਨੇ ਕਿੰਨਾ ਕੰਮ ਕੀਤਾ ਬਾਈ, ਆਪਣੀ ਕਦਰ ਕੀਤਾ, ਆਪਾਂ ਕਿੰਨਾ ਸੁੱਖ ਲੈ ਲਿਆ, ਆਏਗਾ ਆਪਣੇ ਜਵਾਕ ਲੈ ਲੈਣਾ, ਆਪਾਂ ਤਾਂ ਪਹੁੰਚਦੇ ਨੇ ਪੁੱਛਣਾ। ਸਹੀ ਗੱਲ, ਜਿੰਨਾ ਮਰਜ਼ੀ ਦਿੱਤਾ ਹੋਵੇ ਬਾਈ ਆਪਣੇ ਘਰਦੇ ਨੇ ਸਾਨੂੰ, ਫਿਰ ਵੀ ਕਹਿੰਦੇ ਅਸੀਂ ਧੱਕੇ ਬਾਹਰ ਆ ਕੇ ਖਾਣੇ ਬਾਈ, ਕੋਈ ਚੱਕਰ ਜੀ, ਦੋ ਪਲਾਟ ਤੇਰੇ ਕੋਲ ਉੱਥੇ 50 ਲੱਖ ਦੇ, ਬਾਕੀ ਇੱਥੇ ਹੈਗਾ ਮੌਜ ਕਰ, ਅੱਜ ਤੁਸੀਂ ਇੱਥੇ ਤੱਕ ਤੂੰ ਐਵੇਂ ਗਾਂਹ ਨੂੰ ਚੱਕਰਾਂ 'ਚ ਪਿਆ, ਚਲਾ ਫਿਰ ਸ਼ਾਪਿੰਗ ਕਰਾ ਦੇ, ਸ਼ਾਪਿੰਗ ਕਰੋ ਜਿੰਨੇ ਕੁ ਹੈਗੇ ਕਰੋ, ਚਲੋ ਆਓ ਫਿਰ ਚੱਲੀਏ, ਉੱਠੋ ਚਲੋ ਜੀ, ਥੈਂਕ ਯੂ ਵੈਰੀ ਮੱਚ, ਅੱਜ ਹੁਣ ਜਾਵਾਂਗੇ ਸ਼ਾਪਿੰਗ, ਤੁਹਾਨੂੰ ਦੱਸਦੇ ਹੁਣ ਪਾਂਡਾ ਮਾਰਟ ਚੱਲਦੇ ਆ ਅਸੀਂ ਸ਼ਾਪਿੰਗ ਕਰਨ, ਹਾਂ ਉੱਥੇ ਤੁਹਾਨੂੰ ਦਿਖਾਉਣੇ ਆ, ਹੁਣ ਨਵਾਂ ਦਿਖਾਉਣੇ ਆ, ਇਹ ਕਹਿੰਦਾ ਵੀ ਇਹ ਨੂੰ ਐਸ਼ ਕਰਨੀ, ਐਸ਼ ਕਰਾਓ ਹੁਣ ਸਾਨੂੰ, ਫਿਰ ਉਹ ਦੂਜਾ ਕੀ ਸੀਗਾ, ਇੱਕ ਹੋਰ ਕੋਸਕੋ, ਕੋਸਕੋ ਕੋਸਕੋ ਦੇਖ ਹੀ ਲੋਕੀ ਅੱਜ 50 ਡਾਲਰ ਦਾ ਕਾਰਡ, ਡੈਡੀ ਨਹੀਂ ਮੇਰਾ ਕੀ ਕਰਦਾ ਬਾਈ, ਕਿਉਂ ਬਾਈ ਡੈਡੀ ਨੇ ਮੇਰੇ ਲੱਗਦਾ ਕੁੜਤਾ ਨੀਵਾ ਲੈ ਦਈਏ, ਕੁੜਤੇ ਨੇ ਬਾਕੀ ਨਹੀਂ ਮੈਂ ਸਾਰੇ ਉਹ ਉਹ ਗਾਣਾ ਅੱਜ ਤੇਰਾ ਜੱਟ ਦਾ ਪਜਾਮਾ ਕਾਦੀ ਵੱਧ ਗਿਆ, ਓਏ ਅੰਕਲ ਦਾ ਨਿਊਜ਼ੀਲੈਂਡ ਆ ਗਿਆ, ਨਿਊਜ਼ੀਲੈਂਡ ਦਾ ਕਾਦੀ ਵੱਧ ਗਿਆ ਮੇਰੇ ਸਾਰੇ ਕੁੜਤੇ, ਨਿਊਜ਼ੀਲੈਂਡ ਦੀ ਖਰਾਕ ਤਾਂ ਬੜਾ ਫਰਕ ਹੈ, ਹਾਂ ਮੈਂ ਘਾਹ ਵਾਦਾ ਨਾ ਇਸੇ ਹਰਾ ਹਰਾ ਬੰਦਾ ਵਾਦਾ, ਡੈਡੀ ਉਹ ਲੰਬਾ ਹੋ ਗਿਆ ਵਾਕਈ ਯਾਰ, ਸਹੀ ਗੱਲ ਆ, ਵੱਡੀ ਉਮਰ ਚ 2 ਇੰਚ ਪਜਾਮਾ ਉੱਚਾ ਹੋ ਗਿਆ, ਹਾਂ ਓਏ
ਬੈਠਾ ਤੇ ਉਹ ਹੀ ਜਾਂਦੇ ਆ ਪਜਾਮਾ ਨਹੀਂ ਉੜਤਾ ਹੋਇਆ ਜੱਟ ਦਾ ਪਜਾਮਾ ਹੋਇਆ ਸੀ ਸੁੰਗੜਦਾ ਇਹ ਨਹੀਂ ਸੁੰਗੜਦਾ ਵੀਰ ਜੀ ਨਿਊਜ਼ੀਲੈਂਡ ਆਏ ਵੀਰ ਜੀ ਇੰਨੇ ਕ ਸੀਗੇ ਦੇ ਲੋਕ ਹਾਂ ਉਦੋਂ ਪੈਂਟ ਨਹੀਂ ਜਗਾੜਦੇ ਹੁਣ ਪੈਂਟ ਖੜਨ ਲੱਗੇ ਪੈਂਟ ਖੜਨ ਲੱਗਦੀ ਗੱਲ ਤਾਂ ਠੀਕ ਆ ਬਈ ਚਲੋ ਵਧੀਆ ਫਿਰ ਤਾਂ ਫਾਇਦਾ ਬਈ ਜਿਹੜੇ ਬੰਦੇ ਨੇ ਕਹਿ ਦੇਣਾ ਵੀ ਸਵਰਗ ਵੇਖੇ ਨਹੀਂ ਨਿਊਜ਼ੀਲੈਂਡ ਸਵਰਗ ਬਈ ਦੇਖ ਇਹ ਤਾਂ ਹੈ ਇਹ ਚ ਕੋਈ ਸ਼ੱਕ ਨਹੀਂ ਹੈ ਪੈਸਾ ਪੂਸਾ ਨਹੀਂ ਮੈਂ ਗਿਣਦਾ ਚਲ ਵੱਧ ਕੱਢ ਕੇ ਤੇ ਮਰਜੀ ਪੈਸਾ ਰਹਿਣ ਨੂੰ ਬਈ ਸਿਰੇ ਦਾ ਮੁਲਕਾ ਸਵਰਗ ਇਹ ਰੱਬ ਨੇ ਨਾ ਆਪਾਂ ਨੂੰ ਇੱਥੇ ਭੇਜਿਆ ਬਈ ਸਹੀ ਗੱਲ ਤੇ ਰੱਬ ਨੇ ਆਪਾਂ ਨੂੰ ਸਵਰਗ ਚ ਭੇਜਿਆ ਬਸ ਸ਼ੁਕਰ ਕਰ ਸਹੀ ਗੱਲ ਵੀ ਹਾਂ ਵੀ ਇੱਥੇ ਆ ਵਧੀਆ ਮੁਲਕ ਦਾ ਡਰ ਆ ਗਿਆ ਮੈਂ ਫੋਨ ਕਰਨਾ ਬਸ ਇਹ ਜਾਣਾ ਕਿ ਨਹੀਂ ਆਏ ਹੁਣ ਕਿੱਦਾਂ ਸੈਡ ਹੋਇਆ ਬੈਠਾ ਅਵੇਂ ਮੀਨਾ ਹੱਸਦਾ ਲੈ ਜਦੋਂ ਬੁਲਾਈਏ ਆ ਲਿਆਵਾਂ ਕਿੱਥੇ ਦਿਖਾਓ ਟੂਟੀ ਹੈ ਹੀ ਨੀ ਦਿਮਾਗ ਲੱਗਾ ਉਧਰ ਕੀ ਕਿਧਰੋਂ ਸਿੰਗਲ ਪਾਵਾਂ ਕੀ ਕਰਾਂ ਨਹੀਂ ਦਿਮਾਗ ਰਹਿੰਦਾ ਡੈਡੀ ਆਪਦੇ ਤੋਂ ਡਰਦਾ ਮੇਰੇ ਤੋਂ ਤਾਂ ਡਰਦਾ ਨੀ ਇਧਰ ਰੱਬ ਆ ਜਦੋਂ ਗਏ ਸੀ ਨਾ ਚਾਰ ਫੇਰੇ ਸੱਤ ਉਦੋਂ ਰੱਬ ਨੇ ਇਹੀ ਕਿਹਾ ਸੀ ਵੀ ਹੁਣ ਤੇ ਇਹੀ ਰੱਬ ਆ ਤੇਰੇ ਚਾਰ ਫਿਰ ਤੇ ਮੈਨੂੰ ਪੁੱਛਣ ਲੈ ਚੱਲੇ ਮੁੜ ਕੇ ਮੈਂ ਉਹਦਾ ਹੱਥ ਪਾਇਆ ਗਿਆ ਪੀ ਆਰ ਲੈ ਗੇੜਾ ਪਿੱਛੇ ਪਿੱਛੇ ਨੂੰ ਦਵਾਤਾ ਹੀ ਗੇੜਾ ਇਹਨੂੰ ਖੇਡਦਾ ਖੇਡਦਾ ਤੈਨੂੰ ਪਿੱਛੇ ਦੇ ਕੇ ਜਿੱਦਾਂ ਤੁਸੀਂ ਦੇਖ ਲਿਆ ਬਸ ਇੱਦਾਂ ਅਸੀਂ ਕੰਮ ਕਰੀ ਜਾਂਦੇ ਜੀ ਨਾਲ ਦੀ ਨਾਲ ਖੇਡੀਆਂ ਆਪਣੀਆਂ ਚੱਲਦੀਆਂ ਰਹਿੰਦੀਆਂ ਵਧੀਆ ਆਪਣਾ ਫਨ ਹੋ ਜਾਂਦਾ ਅਤੇ ਇੱਦਾਂ ਅਸੀਂ ਵਧੀਆ ਟਾਈਮ ਲੰਘਾਈ ਜਾਂਦੇ ਹਾਂ ਅਤੇ ਦੁਕਾਨ ਬੰਦ ਅੱਜ ਇੰਨਾ ਹੀ ਕੰਮ ਕਰਨਾ ਚਾਹੁੰਦਾ ਸੀ ਅੱਧੀ ਦਿਹਾੜੀ ਲਾਉਣੀ ਸੀ ਕਿਉਂਕਿ ਅੱਜ ਹੈਗਾ ਵੀਕਐਂਡ ਸੈਟਰਡੇ ਉਸ ਹਿਸਾਬ ਨਾਲ ਅਸੀਂ ਥੋੜ੍ਹਾ ਬਹੁਤ ਹਿਸਾਬ ਜਿਹਾ ਕੰਮ ਕਰ ਲਈਦਾ ਜਿੰਨਾ ਕੁ ਜੀ ਕਰਦਾ ਲੱਗ ਗਿਆ ਜੀ ਲੋਕ ਚੱਲੀਏ ਫਿਰ ਲਓ ਜੀ ਗੱਡੀਆਂ ਤਿਆਰ ਨੇ ਸਾਡੀਆਂ ਹੁਣ ਜਾਣ ਲਈ ਕੰਮ ਸਮਾਪਤ।